ई वर्ड ऑफ द वीक शीट नंबर 5 अनमोल लिपि फॉन्ट। आओ जानिए अनमोल लिपि फॉन्ट की है, एक किस तरीके नाल काम करता है, फॉन्ट की है अते अनमोल लिपि फॉन्ट बारे जानकारी। अजकल बहुत सारे अजिहे फॉन्ट मिलते हैं जिन्हां नाल असी कंप्यूटर से पंजाबी विच टाइपिंग कर सकते हैं, जिस विच अनमोल लिपि, असीस फॉन्ट, जॉय फॉन्ट, रावी, गुरमुखी फॉन्ट आदि शामिल हैं। पर सब तो ज्यादा वरत्या जाने वाला पंजाबी फॉन्ट अनमोल लिपि है। ਤੁਸੀਂ ਹੁਣ ਦੇਖੋ ਕਿ ਅਸੀਂ ਕੀਬੋਰਡ ਤੋਂ ਜਦੋਂ ਟਾਈਪ ਕਰ ਰਹੇ ਹਾਂ ਤੇ ਅੰਗਰੇਜ਼ੀ ਵਿੱਚ ਟਾਈਪ ਹੋ ਰਿਹਾ ਹੈ, ਕਿਉਂਕਿ ਅਸੀਂ ਇੱਥੇ ਫੌਂਟ ਜੋ ਹੈ ਉਹ ਅੰਗਰੇਜ਼ੀ ਵਾਲਾ ਫੌਂਟ ਚੂਜ਼ ਕੀਤਾ ਹੋਇਆ ਹੈ। ਜੇਕਰ ਮੈਂ ਇੱਥੋਂ ਫੌਂਟ ਗਰੁੱਪ ਵਿੱਚ ਜਾ ਕੇ ਅਸੀਂ ਇੱਥੋਂ ਫੌਂਟ ਚੇਂਜ ਕਰ ਸਕਦੇ ਹਾਂ। ਤੁਸੀਂ ਦੇਖੋ ਕਿ ਇੱਥੇ ਅਮਰ ਲਿਪੀ, ਅਨਮੋਲ ਲਿਪੀ, ਅਨਮੋਲ ਲਿਪੀ ਦੇ ਵੀ ਅੱਗੇ ਅਲੱਗ ਅਲੱਗ ਸਟਾਈਲਸ ਹਨ। ਇੱਦਾਂ ਹੀ ਇਹਦੇ ਵਿੱਚ ਅਸੀਸ ਫੌਂਟ ਵੀ ਹੈ, ਅਸੀਂ ਆਪਣੀ ਮਰਜ਼ੀ ਦਾ ਫੌਂਟ ਤੋਂ ਚੂਜ਼ ਕਰ ਸਕਦੇ ਹਾਂ। ਜਿੱਦਾਂ ਕਿ ਹੁਣ ਅਸੀਂ ਅਨਮੋਲ ਲਿਪੀ ਚੂਜ਼ ਕੀਤਾ ਤੇ ਹੁਣ ਪੰਜਾਬੀ ਵਿੱਚ ਟਾਈਪ ਹੋ ਰਿਹਾ। ਕੀਬੋਰਡ ਤੋਂ ਜੋ ਸ਼ਬਦ ਹਨ ਉਹ ਅੰਗਰੇਜ਼ੀ ਤੇ ਪ੍ਰੈਸ ਹੋ ਰਿਹਾ ਪਰ ਲਿਖਿਆ ਪੰਜਾਬੀ ਵਿੱਚ ਆ ਰਿਹਾ। ਦੇਖੋ ਕਿ ਜੇਕਰ ਮੈਂ ਲਿਖਣਾ ਚਾਹੁੰਦਾ ਹਾਂ ਕੰਪਿਊਟਰ, ਕੱਕੇ ਦੀ ਆਵਾਜ਼ ਆਉਂਦੀ ਹੈ ਤੇ ਕੇ ਪ੍ਰੈਸ ਕਰਾਂਗੇ ਤੇ ਕੱਕਾ ਲਿਖਿਆ ਗਿਆ। ਹੁਣ ਉਹ ਜਿਹੜੀ ਐਮ ਤੋਂ ਪਾਈ ਜਾ ਸਕਦੀ ਹੈ, ਹੁਣ ਆਪਾਂ ਐਮ ਪ੍ਰੈਸ ਕੀਤਾ ਤੇ ਮਾ ਪਿਆ, ਪਰ ਸ਼ਿਫਟ ਪ੍ਰੈਸ ਕਰਕੇ ਅਸੀਂ ਪ੍ਰੈਸ ਕੀਤਾ ਤੇ ਟਿੱਪੀ ਪੈ ਗਈ। ਹੁਣ ਸਿਹਾਰੀ ਦੀ ਮਾਤਰਾ ਜਿਹੜੀ ਹੈ ਉਹ ਆਈ ਤੋਂ ਪਏਗੀ। ਹੁਣ ਆਪਾਂ ਈ ਤੋਂ, ਕੂੜਾ ਏ ਤੋਂ, ਹੁਣ ਔਂਕੜ ਯੂ ਤੋਂ, ਯੂ ਤੋਂ ਹੁਣ ਊ ਦੀ ਆਵਾਜ਼ ਮਤਲਬ ਆਵਾਜ਼ ਨਿਕਲਦੀ ਹੈ ਯੂ ਤੋਂ। ਹੁਣ ਜੇ ਅਸੀਂ ਮਤਲਬ ਸਿੰਪਲ ਯੂ ਪ੍ਰੈਸ ਕਰਦੇ ਹਾਂ ਤੇ ਔਂਕੜ ਦੀ ਮਾਤਰਾ ਪੈਂਦੀ ਹੈ, ਜੇਕਰ ਅਸੀਂ ਸ਼ਿਫਟ ਨਾਲ ਪ੍ਰੈਸ ਕਰਕੇ ਯੂ ਪ੍ਰੈਸ ਕਰਦੇ ਹਾਂ ਫਿਰ ਗਲੈਂਕੜ ਜਿਹੜੇ ਹੈ ਉਹ ਪੈਂਦੇ ਆ, ਫਿਰ ਟੈਂਕਾ ਈ ਤੋਂ, ਰਾਰਾ ਆਰ ਤੋਂ ਕੰਪਿਊਟਰ ਲਿਖਿਆ ਗਿਆ। ਹੁਣ ਇਹ ਸ਼ਬਦ ਜਿਹੜੇ ਆ ਸਾਰੇ ਰਲਦੇ ਮਿਲਦੇ ਹਨ, ਜਿੱਦਾਂ ਅਸੀਂ ਪੰਜਾਬੀ ਬੋਲਦੇ ਹਾਂ ਤੇ ਅੰਗਰੇਜ਼ੀ ਦੇ ਸ਼ਬਦ ਜਿਹੜੇ ਹੈ ਉਹ ਸਾਊਂਡ ਕਰਦੇ ਆ, ਉਹ ਸਾਊਂਡ ਦੇ ਅਨੁਸਾਰ ਹੀ ਇਹ ਕੀਬੋਰਡ ਵਰਕ ਕਰਦਾ ਹੈ। ਮੈਕਸਿਮਮ ਵਰਡ ਜਿਹੜੇ ਆ ਸਾਨੂੰ ਉਦਾਂ ਹੀ ਪਤਾ ਚੱਲ ਜਾਂਦੇ ਆ ਵੀ ਜਿੱਦਾਂ ਹੁਣ ਤੁਸੀਂ ਜੀ ਪ੍ਰੈਸ ਕਰੋਗੇ ਤੇ ਗੱਗਾ ਪਏਗਾ, ਠੀਕ ਹੈ। ਹੁਣ ਗੱਗੇ ਤੋਂ ਬਾਅਦ ਅਗਲਾ ਸ਼ਬਦ ਹੁੰਦਾ ਗੱਗਾ ਤੇ ਸ਼ਿਫਟ ਨਾਪ ਕੇ ਮਤਲਬ ਉਦਾਂ ਗੱਗਾ ਪਏਗਾ ਪਰ ਸ਼ਿਫਟ ਨਾਪ ਕੇ ਗੱਗਾ ਪਏਗਾ। ਇਹ ਤੋਂ ਪੈਂਦਾ ਹੈ ਖੱਖਾ ਵੀ ਸ਼ਿਫਟ ਨਾਪ ਕੇ ਇਹ ਤੋਂ ਪਾਇਆ ਜਾ ਸਕਦਾ। ਲੇਕਿਨ ਉਹ ਯਾਦ ਕਰਨਾ ਬਹੁਤ ਆਸਾਨ ਆ, ਸ਼ਬਦ ਸਿਰਫ ਛੱਡ ਕੇ ਜਿੱਦਾਂ ਹੁਣ ਕੱਕਾ ਕਿਉ ਤੋਂ ਆਪਾਂ ਪ੍ਰੈਸ ਕਰਦੇ ਹਾਂ ਤੇ ਫਿਰ ਤੱਤਾ ਪੈਂਦਾ ਹੈ, ਸ਼ਿਫਟ ਨਾਪ ਕੇ ਤੱਤਾ ਪੈਂਦਾ ਆ। ਕੁਝ ਸ਼ਬਦ ਆ ਜਿਹੜੇ ਸਾਨੂੰ ਚੈੱਕ ਕਰਨੇ ਪੈਣਗੇ, ਯਾਦ ਕਰਨੇ ਪੈਣਗੇ, ਪਰ ਨੋਰਮਲ ਜਿਹੜੇ ਹੈ ਉਹ ਸਾਰੇ ਸ਼ਬਦ ਸਾਨੂੰ ਪਹਿਲਾਂ ਹੀ ਪਤਾ ਚੱਲ ਜਾਂਦੇ ਆ। ਓ ਤੋਂ ਹੋੜਾ ਕਨੋੜਾ, ਆਈ ਤੋਂ ਸਿਹਾਰੀ ਤੇ ਬਿਹਾਰੀ, ਯੂ ਤੋਂ ਔਂਕੜ ਬਲੈਂਕੜ, ਬਾਈ ਤੋਂ ਲਾਵਾਂ ਤੇ ਦੁਲਾਵਾਂ, ਨਾ ਡਬਲਿਊ ਤੋਂ। ਜੇ ਸ਼ਿਫਟ ਨਾਪ ਕੇ ਪਰਾਵਾਂਗੇ ਫਿਰ ਉੱਪਰ ਬਿੰਦੀ ਵੀ ਪਏਗੀ। ਇਹ ਆਪਾਂ ਕਹਿ ਸਕਦੇ ਮਾਤਰਾਵਾਂ ਹਨ, ਇੱਕ ਵਾਰੀ ਆਪਾਂ ਇਹਨੂੰ ਧਿਆਨ ਨਾਲ ਦੇਖ ਲਾਂਗੇ, ਯਾਦ ਕਰ ਲਾਂਗੇ ਤੇ ਸਾਨੂੰ ਇਹਦੇ ਵਿੱਚ ਟਾਈਪ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ ਤੇ ਸਾਰੇ ਸ਼ਬਦ ਜਿਹੜੇ ਹਨ ਉਹ ਰਲਦੇ ਮਿਲਦੇ ਹਨ। ਇਸ ਲਈ ਸਭ ਤੋਂ ਆਸਾਨ ਫੌਂਟ ਮੰਨਿਆ ਜਾਂਦਾ ਯਾਦ ਕਰਨ ਵਾਸਤੇ, ਜਦਕਿ ਜੇ ਆਪਾਂ ਰਾਵੀ ਫੌਂਟ ਦੀ ਗੱਲ ਕਰਦੇ ਹਾਂ ਜਾਂ ਅਸੀਸ ਫੌਂਟ ਦੀ ਗੱਲ ਕਰਦੇ ਹਾਂ ਤੇ ਉਹ ਸ਼ਬਦ ਜੋ ਹਨ ਉਹ ਇਹਦੇ ਨਾਲ ਸਾਊਂਡ ਕਰਦੇ ਮੈਚ ਨਹੀਂ ਕਰਦੇ, ਇਸ ਲਈ ਉਹ ਸਾਨੂੰ ਪਹਿਲਾਂ ਯਾਦ ਕਰਨੇ ਪੈਂਦੇ ਆ। ਹੁਣ ਜੇਕਰ ਅਸੀਂ ਅਨਮੋਲ ਲਿਪੀ ਵਿੱਚ ਟਾਈਪਿੰਗ ਸਿੱਖਦੇ ਹਾਂ ਤੇ ਇਹ ਸਿੱਖਣੀ ਬਹੁਤ ਆਸਾਨ ਹੈ, ਕਿਉਂਕਿ ਏ ਤੋਂ ਊੜਾ ਤੇ ਐੜਾ, ਕੇ ਤੋਂ ਕੱਕਾ ਤੇ ਕੱਕਾ, ਐਲ ਤੋਂ ਲੱਲਾ ਤੇ ਲੱਲੇ ਵਰ ਬਿੰਦੀ, ਜੇ ਤੋਂ ਜੱਜਾ ਤੇ ਝੱਜਾ, ਇਹ ਹੁਣ ਅੰਗਰੇਜ਼ੀ ਦੇ ਸ਼ਬਦ ਜੋ ਹਨ ਉਹ ਪੰਜਾਬੀ ਦੇ ਅੱਖਰਾਂ ਦੇ ਨਾਲ ਮੈਚ ਕਰਦੇ ਹਨ, ਇਸ ਲਈ ਇਹ ਵਾਲਾ ਫੌਂਟ ਸਿੱਖਣਾ ਅਤੇ ਇਸ ਵਿੱਚ ਕੰਮ ਕਰਨਾ ਆਸਾਨ ਹੈ। ਪਰ ਇਸ ਫੌਂਟ ਦੀ ਵਰਤੋਂ ਅਸੀਂ ਆਨਲਾਈਨ ਟਾਈਪਿੰਗ ਵਾਸਤੇ ਨਹੀਂ ਕਰਦੇ, ਕਿਉਂਕਿ ਆਨਲਾਈਨ ਵਾਸਤੇ ਸਾਡੇ ਕੋਲ ਯੂਨੀਕੋਡ ਪੰਜਾਬੀ ਫੌਂਟ ਵਰਤੇ ਜਾਂਦੇ ਆ। ਜੇਕਰ ਤੁਸੀਂ ਗੂਗਲ ਵਿੱਚ ਕੁਝ ਪੰਜਾਬੀ ਵਿੱਚ ਟਾਈਪ ਕਰਨਾ ਚਾਹੁੰਦੇ ਹੋ ਜਾਂ ਕੋਈ ਆਨਲਾਈਨ ਆਪਣਾ ਡਾਟਾ ਜੋ ਹੈ ਉਹ ਟਾਈਪ ਕਰਨਾ ਚਾਹੁੰਦੇ ਹੋ, ਜਿੱਦਾਂ ਤੁਸੀਂ ਮੋਬਾਈਲ ਦੇ ਵਿੱਚ ਵੀ ਟਾਈਪਿੰਗ ਕਰਦੇ ਹੋ, ਉਹ ਸਾਰੀ ਜੋ ਟਾਈਪਿੰਗ ਪੰਜਾਬੀ ਵਿੱਚ ਹੁੰਦੀ ਹੈ ਉਹ ਯੂਨੀਕੋਡ ਫੌਂਟਸ ਦੇ ਵਿੱਚ ਹੁੰਦੀ ਹੈ। ਤੇ ਰਾਵੀ ਫੌਂਟ ਇੱਕ ਯੂਨੀਕੋਡ ਫੌਂਟ ਹੈ, ਤੇ ਜੇਕਰ ਮੈਂ ਕੋਈ ਡਾਕੂਮੈਂਟ ਰਾਵੀ ਫੌਂਟ 'ਚ ਬਣਾਇਆ ਹੈ ਤੇ ਉਹਨੂੰ ਮੈਂ ਜੀਮੇਲ ਤੇ ਜਾਂ ਕਿਸੇ ਵੀ ਆਨਲਾਈਨ ਵਰਤ ਸਕਦਾ ਹਾਂ, ਪਰ ਜੋ ਮੈਂ ਅਨਮੋਲ ਲਿਪੀ ਵਿੱਚ ਟਾਈਪ ਕੀਤਾ ਹੈ ਉਸ ਨੂੰ ਮੈਂ ਆਨਲਾਈਨ ਵਰਤੋਂ ਨਹੀਂ ਕਰ ਸਕਦਾ, ਇਸ ਲਈ ਇਹਦੀ ਇੱਕ ਲਿਮਿਟੇਸ਼ਨ ਹੈ। ਅੱਜ ਕੱਲ੍ਹ ਜਿਹੜੇ ਟੈਸਟ ਹਨ, ਆਨਲਾਈਨ ਟੈਸਟ ਹਨ, ਉਹ ਰਾਵੀ ਫੌਂਟ ਵਿੱਚ ਹੀ ਹੁੰਦੇ ਹਨ, ਪਰ ਜੋ ਆਸਾਨ ਫੌਂਟ ਹੈ ਉਹ ਅਨਮੋਲ ਲਿਪੀ ਹੀ ਹੈ। ਜਦੋਂ ਅਸੀਂ ਅਨਮੋਲ ਲਿਪੀ ਨਾਲ ਟਾਈਪ ਕਰਦੇ ਹਾਂ ਤਾਂ ਕੀਬੋਰਡ ਤੇ ਅੰਗਰੇਜ਼ੀ ਦੇ ਅੱਖਰ ਹੁੰਦੇ ਹਨ ਪਰ ਲਿਖ ਪੰਜਾਬੀ ਵਿੱਚ ਹੁੰਦਾ ਹੈ। ਕੀਬੋਰਡ ਦੇ ਇੱਕ ਬਟਨ ਤੇ ਪੰਜਾਬੀ ਦੇ ਦੋ ਅੱਖਰ ਹੁੰਦੇ ਹਨ ਅਤੇ ਬਟਨ ਦੇ ਉੱਪਰ ਵਾਲੇ ਅੱਖਰ ਨੂੰ ਲਿਖਣ ਵਾਸਤੇ ਅਸੀਂ ਕੀਬੋਰਡ ਤੋਂ ਸ਼ਿਫਟ ਕੀ ਪ੍ਰੈਸ ਕਰਦੇ ਹਾਂ। ਅਸੀਂ ਪਿਛਲੇ ਸਲਾਈਡ ਵਿੱਚ ਪੜ੍ਹ ਕੇ ਆਏ ਹਾਂ ਕਿ ਆ ਜੋ ਨੀਚੇ ਵਾਲੇ ਹਨ ਇਹ ਸ਼ਿਫਟ ਤੋਂ ਬਿਨਾਂ ਪ੍ਰੈਸ ਹੁੰਦੇ ਹਨ ਤੇ ਉੱਪਰ ਵਾਲੇ ਜੋ ਹਨ ਉਹ ਸ਼ਿਫਟ ਦੇ ਨਾਲ ਟਾਈਪ ਕੀਤੇ ਜਾਂਦੇ ਹਨ। ਹੁਣ ਸਾਡੀ ਫਸਟ ਰੋ ਹੈ, ਫਸਟ ਰੋ ਦੇ ਵਿੱਚ ਸ਼ਿਫਟ ਤੋਂ ਬਿਨਾ ਸਾਰੇ ਸ਼ਬਦ ਜਿਹੜੇ ਟਾਈਪ ਹੋਣਗੇ ਸ਼ਿਫਟ ਤੋਂ ਬਿਨਾ ਵਾਲੇ ਆ। ਫਿਰ ਜੇਕਰ ਅਸੀਂ ਸ਼ਿਫਟ ਪ੍ਰੈਸ ਕਰਦੇ ਹਾਂ
ਸੋ ਦੇ ਨਾਲ ਇਹ ਸਾਰੇ ਸ਼ਬਦ ਜੋ ਹਨ ਉਹ ਟਾਈਪ ਕੀਤੇ ਜਾ ਸਕਦੇ ਹਨ। ਇਸੇ ਤਰੀਕੇ ਨਾਲ ਸੈਕਿੰਡ ਰੋ ਉਹ QWERT ਵਾਲੀ ਸੈਕਿੰਡ ਰੋ ਹੈ। ਇਸ ਵਿੱਚ ਅਸੀਂ ਜੇਕਰ ਸ਼ਿਫਟ ਨਹੀਂ ਪ੍ਰੈਸ ਕਰਦੇ ਤਾਂ ਨੀਚੇ ਵਾਲੇ ਸ਼ਬਦ ਜਿਹੜੇ ਹਨ ਇਹ ਟਾਈਪ ਹੋਣਗੇ, ਅਤੇ ਜੇਕਰ ਮੈਂ ਸ਼ਿਫਟ ਪ੍ਰੈਸ ਕਰਦਾ ਹਾਂ ਤਾਂ ਉੱਪਰ ਵਾਲੇ ਬਟਨ ਜਿਹੜੇ ਹਨ ਇਹ ਟਾਈਪ ਕੀਤੇ ਜਾ ਸਕਦੇ ਹਨ। ਇਸੇ ਤਰੀਕੇ ਨਾਲ ਥਰਡ ਰੋਜ਼ ਹੈ, ਥਰਡ ਰੋ ਦੇ ਵਿੱਚ ਜੇਕਰ ਅਸੀਂ ZXVBA ਬਟਨ ਪ੍ਰੈਸ ਕਰਦੇ ਹਾਂ ਤਾਂ ਇਹ ਨੀਚੇ ਵਾਲੇ ਸ਼ਬਦ ਜੋ ਹਨ ਉਹ ਟਾਈਪ ਹੋਣਗੇ, ਪਰ ਜੇਕਰ ਮੈਂ ਨਾਲ ਸ਼ਿਫਟ ਪ੍ਰੈਸ ਕਰਦਾ ਹਾਂ ਤਾਂ ਫਿਰ ਉੱਪਰ ਵਾਲੇ ਬਟਨ ਜੋ ਹਨ ਇਹ ਟਾਈਪ ਕੀਤੇ ਜਾ ਸਕਣਗੇ। ਇਸ ਤਰੀਕੇ ਨਾਲ ਫੋਰਥ ਰੋ ਦੇ ਵਿੱਚ ਇਹ ਸਾਰੇ ਸ਼ਿਫਟ ਤੋਂ ਬਿਨਾਂ ਹਨ ਅਤੇ ਇਸ ਤੋਂ ਉੱਪਰ ਵਾਲੇ ਜੋ ਹਨ ਉਹ ਸ਼ਿਫਟ ਪ੍ਰੈਸ ਕਰਕੇ ਟਾਈਪ ਕੀਤੇ ਜਾ ਸਕਦੇ ਹਨ। ਅਤੇ ਇਹ ਸਾਰਾ ਲੇਆਊਟ ਸਾਨੂੰ ਪਹਿਲਾਂ ਸਿੱਖਣੀ ਪਵੇਗੀ, ਯਾਦ ਕਰਨੀ ਪਵੇਗੀ ਕਿਹੜੇ ਫਿੰਗਰ ਦੇ ਉੱਪਰ ਕਿਹੜੇ ਬਟਨ ਤੋਂ ਕਿਹੜਾ ਸ਼ਬਦ ਪੰਜਾਬੀ ਦਾ ਟਾਈਪ ਕੀਤਾ ਜਾ ਸਕਦਾ ਹੈ। ਇਸ ਨੂੰ ਅਸੀਂ ਧਿਆਨ ਨਾਲ ਇੱਕ ਵਾਰ ਯਾਦ ਕਰ ਲਵਾਂਗੇ, ਉਸ ਤੋਂ ਬਾਅਦ ਵਿੱਚ ਇਹ ਅਸੀਂ ਅਨਮੋਲ ਲਿਪੀ ਵਿੱਚ ਬਹੁਤ ਆਸਾਨੀ ਨਾਲ ਟਾਈਪ ਕਰ ਸਕਦੇ ਹਾਂ। ਇਹ ਫਸਟ ਰੋ ਦੇ ਸ਼ਬਦ ਹਨ ਜੋ ਸ਼ਿਫਟ ਤੋਂ ਬਿਨਾਂ ਹਨ ਅਤੇ ਸ਼ਿਫਟ ਦੇ ਨਾਲ ਪ੍ਰੈਸ ਕੀਤੇ ਜਾਣਗੇ। ਇਸ ਦੇ ਕਰਕੇ ਸੈਕਿੰਡ ਰੋ ਦੇ ਵਿੱਚ ਇਹ ਸਾਰੇ ਸ਼ਬਦ ਜੋ ਹਨ ਇਹ ਸ਼ਿਫਟ ਤੋਂ ਬਿਨਾਂ ਪ੍ਰੈਸ ਕਰ ਸਕਦੇ ਹਾਂ ਅਤੇ ਵਾਲੇ ਸ਼ਿਫਟ ਦੇ ਨਾਲ ਪ੍ਰੈਸ ਕੀਤੇ ਜਾਣਗੇ। ਇਹ ਥਰਡ ਰੋ ਦੇ ਸ਼ਿਫਟ ਤੋਂ ਬਿਨਾਂ ਵਾਲੇ ਸ਼ਬਦ ਹਨ ਅਤੇ ਸ਼ਿਫਟ ਦੇ ਨਾਲ ਪ੍ਰੈਸ ਕੀਤੇ ਜਾਣ ਵਾਲੇ ਸ਼ਬਦ ਹਨ। ਫੋਰਥ ਰੋ ਦੇ ਜੇ ਸ਼ਿਫਟ ਨਹੀਂ ਪ੍ਰੈਸ ਕਰਦੇ ਤਾਂ ਇਹ ਬਟਨ ਪ੍ਰੈਸ ਹੋਣਗੇ, ਅਤੇ ਜੇਕਰ ਸ਼ਿਫਟ ਪ੍ਰੈਸ ਕਰਦੇ ਹਾਂ ਤਾਂ ਆਹ ਵਾਲੇ ਬਟਨ ਪ੍ਰੈਸ ਹੋਣਗੇ। ਦਿਲਚਸਪ ਤੱਤ, ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਪੰਜਾਬੀ ਫੋਂਟ ਅਨਮੋਲ ਲਿਪੀ ਹੈ। ਇਸ ਦੀਆਂ ਕਈ ਕਿਸਮਾਂ ਹਨ ਜਿਵੇਂ ਕਿ ਅਨਮੋਲ ਲਿਪੀ, ਅਨਮੋਲ ਕਲਮੀ, ਅਨਮੋਲ ਲਿਪੀ ਬੋਲਡ, ਅਨਮੋਲ ਲਿਪੀ ਹੈਵੀ, ਅਨਮੋਲ ਲਿਪੀ ਲਾਈਟ, ਅਨਮੋਲ ਲਿਪੀ ਸਲਿਮ, ਅਨਮੋਲ ਲਿਪੀ ਮੋਟੀ, ਅਨਮੋਲ ਲਿਪੀ ਮੋਟੀ ਟਾਈਟ, ਅਨਮੋਲ ਲਿਪੀ ਨਿਓਨ, ਅਨਮੋਲ ਲਿਪੀ ਉੱਠਿਆ ਹੋਇਆ, ਅਨਮੋਲ ਲਿਪੀ ਉਭਰੀ ਹੋਈ ਆਦਿ। ਅਸੀਂ ਆਪਣੀ ਲੋੜ ਦੇ ਅਨੁਸਾਰ ਇਹਦੇ ਅਲੱਗ ਅਲੱਗ ਜਿਹੜੇ ਟਾਈਪ ਹਨ ਉਹਨਾਂ ਦੀ ਵਰਤੋਂ ਕਰ ਸਕਦੇ ਹਾਂ, ਮੋਟਾ ਲਿਖਣ ਵਾਸਤੇ ਜਾਂ ਪਤਾ ਲਿਖਣ ਵਾਸਤੇ, ਇਹਨਾਂ ਵਿੱਚੋਂ ਕਿਸੇ ਵੀ ਚੋਣ ਕੀਤੀ ਜਾ ਸਕਦੀ ਹੈ। ਦੋਸਤੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ। ਧੰਨਵਾਦ।